ਸਾਰੇ ਦਰਸ਼ਕਾਂ ਨੂੰ ਮੇਰਾ ਤੁਹਾਡੇ ਆਪਣੇ ਐਮੀ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਮੂਵੀ ਰਿਲੀਜ਼ ਹੋਈ ਹੈ ਗਲੀ ਬੋਏ, ਅਤੇ ਆਓ ਲੋਕਾਂ ਨਾਲ ਗੱਲ ਕਰਾਂਗੇ, ਦੇਖਾਂਗੇ ਲੋਕਾਂ ਨੂੰ ਕਿਹੋ ਜਿਹੀ ਲੱਗਦੀ ਹੈ ਫਿਲਮ। ਫਿਲਮ 'ਚ ਮੇਨ ਕਿਰਦਾਰ ਜੋ ਨਿਭਾ ਰਹੇ ਨੇ ਉਹ ਹੈ ਰਣਵੀਰ ਸਿੰਘ ਅਤੇ ਆਲੀਆ ਭੱਟ। ਆਓ ਲੋਕਾਂ ਨੂੰ ਪੁੱਛਦੇ ਹਾਂ ਇਸ ਫਿਲਮ ਦੇ ਬਾਰੇ 'ਚ। ਹਾਂਜੀ ਭਾਅ ਜੀ, ਕਿਹੋ ਜਿਹੀ ਲੱਗੀ ਫਿਲਮ? ਮੂਵੀ ਤਾਂ ਵਧੀਆ ਸੀ। ਗਲੀ ਬੋਏ ਟਰੂ ਸਟੋਰੀ ਹੈ, ਗਲੀ ਕਿਵੇਂ ਗਲੀ ਵਿੱਚ ਮੁੰਡਾ ਉਹਦੇ ਲਾਈਫ ਉਹਦੇ ਸਟਰਗਲਸ ਉੱਪਰ ਬੇਸਡ ਹੈ। ਮੂਵੀ ਵਾਸ ਗੁੱਡ। ਯਾ ਆਪਣਾ ਟਾਈਮ ਆਏਗਾ? ਯਾ ਆਪਣਾ ਟਾਈਮ ਜ਼ਰੂਰ ਆਏਗਾ। ਕਿਉਂਕਿ ਆਪਣਾ ਟਾਈਮ ਆਏਗਾ, ਤੂੰ ਨੰਗਾ ਹੀ ਤਾਂ ਆਇਆ ਹੈ, ਕਿਆ ਘੰਟਾ ਲੈ ਕੇ ਜਾਏਗਾ। ਕਿਹੋ ਜਿਹੀ ਲੱਗੀ ਭਾਅ ਜੀ ਮੂਵੀ? ਬਹੁਤ ਵਧੀਆ ਸੀ ਭਾਅ ਜੀ, ਬਹੁਤ। ਕਿਹਦਾ ਰੋਲ ਵਧੀਆ ਸੀ ਸਭ ਤੋਂ? ਰਣਵੀਰ ਕਪੂਰ ਸਿੰਘ ਦਾ। ਹਾਊ ਇਜ਼ ਦ ਮੂਵੀ? ਗੁੱਡ। ਕਿਸ ਦਾ ਰੋਲ ਅੱਛਾ ਥਾ? ਰਣਵੀਰ ਸਿੰਘ। ਟੂਟ ਜਾ ਅਬ ਤਲਾਸ਼ ਮੇ ਪਰਵਾਜ਼ ਦੇਖ ਪਰਵਾਨੇ ਕੀ ਆਸਮਾਂ ਵੀ ਸਰ। ਬਸ ਇਹ ਤੋਂ ਤੇਰੇ ਅੰਦਰ ਕੀ ਸੱਚੀ ਕਹਾਣੀ, ਤੇਰੇ ਅੰਦਰ ਕਾ ਲਾਵਾ ਫਟ ਕੇ ਬਾਹਰ ਆਣ ਦੇ। ਭਾਅ ਜੀ ਕਿਹੋ ਜਿਹੀ ਸੀ ਮੂਵੀ? ਬਹੁਤ ਆਰਟ ਭਾਅ ਜੀ, ਬਹੁਤ ਆਰਟ। ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਹੈ, ਬਹੁਤ ਇੰਸਪੀਰੇਸ਼ਨਲ ਮੂਵੀ ਹੈ। ਕਿਹੋ ਜਿਹੀ ਸੀ ਮੂਵੀ? ਬਹੁਤ ਵਧੀਆ ਭਾਈ ਯਾਰ, ਕੁਛ ਮਤਲਬ ਜਿਸ ਕੋ ਕਹਿੰਦੇ ਹਾਂ ਬਲੋਕਬਸਟਰ ਫਾੜ ਦਿਆ ਸਭ ਕੁਛ। ਕਿਸਕਾ ਰੋਲ ਸਭ ਤੋਂ ਅੱਛਾ ਥਾ? ਰਣਵੀਰ ਕਪੂਰ ਕਾ। ਆਪਣਾ ਟਾਈਮ? ਆਪਣਾ ਟਾਈਮ ਆਏਗਾ। ਵਾਹ ਲੈ ਕੇ ਆਪਣਾ ਟਾਈਮ ਆਏਗਾ, ਨੰਗਾ ਆ ਕੇ ਘੰਟਾ ਲੈ ਕੇ ਜਾਏਗਾ। ਬਹੁਤ ਇੱਕਦਮ ਸਡਨ ਐਂਡਿੰਗ ਸੀ ਵੀ ਇੱਕ ਐਂਡ ਹੋ ਗਈ ਮੂਵੀ। ਆਪਣਾ ਟਾਈਮ? ਹਾਂਜੀ ਆਏਗਾ। ਕਿੰਨੇ ਸਟਾਰ? 5 ਸਟਾਰ। 5 ਸਟਾਰ। ਕੈਸੀ ਲੱਗੀ ਮੂਵੀ ਆਪਕੋ? ਬਹੁਤ ਬੜੀਆ, ਔਸਮ ਮੂਵੀ ਥੀ। ਕੁਛ ਕਹਿਣਾ ਚਾਹੋਗੇ? ਬਸ ਆਪਣਾ ਟਾਈਮ ਆਏਗਾ। ਆਪਣਾ ਟਾਈਮ ਆਏਗਾ। ਥੈਂਕ ਯੂ, ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਤੁਸੀਂ ਦੇਖਿਆ ਲੋਕਾਂ ਨੂੰ ਇਹ ਫਿਲਮ ਐਵਰੇਜ ਲੱਗ ਰਹੀ ਹੈ, ਕੁਛ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਹੀ ਹੈ। ਰਣਵੀਰ ਸਿੰਘ ਦੇ ਜੋ ਫੈਨ ਨੇ ਉਹਨਾਂ ਨੂੰ ਫਿਲਮ ਬਹੁਤ ਵਧੀਆ ਲੱਗ ਰਹੀ ਹੈ, ਲੇਕਿਨ ਲੋਕ ਕਹਿ ਰਹੇ ਨੇ ਕਿ ਇਸ ਫਿਲਮ ਦਾ ਜੋ ਐਂਡ ਹੈ ਉਹ ਉਹਨਾਂ ਨੂੰ ਇੰਨਾ ਵਧੀਆ ਨਹੀਂ ਲੱਗਿਆ। ਜਲਦੀ ਇਹ ਫਿਲਮ ਜਲਦੀ ਹੀ ਰੈਪ ਅਪ ਹੋ ਗਈ ਅਤੇ ਸਟਾਰ ਹੁਣ ਦੇਖਦੇ ਹਾਂ ਫਿਲਮ ਕਿੰਨੀ ਚੱਲਦੀ ਹੈ। ਲੇਕਿਨ ਇੱਕ ਗੱਲ ਪੱਕੀ ਹੈ ਕਿ ਇਸ ਫਿਲਮ ਦੇ ਇੱਕ ਗਾਣੇ ਨੇ, ਇੱਕ ਰੈਪ ਨੇ ਬਿਲਕੁਲ ਹੀ ਅੱਤ ਮਚਾਈ ਹੋਈ ਹੈ। ਆਪਣਾ ਟਾਈਮ ਆਏਗਾ।